विधायक हरजोत कमल किस तरह के एकदम रिएक्शन लेने सर नकली केजरीवाल तक कहा अरविंद केजरीवाल ने सीएम चन्नी नूं की कहना चाहोगे सर केजरीवाल साहब नूं एक वहम हो गया कि जिहड़ा केजरीवाल है कोई उहनूं कॉपी करना चाहुंदा चन्नी जी ने जो पंजाब वास्ते कर रहे आ जां जो कीता उहदे वास्ते केजरीवाल बनण दी लोड़ नहीं अज केजरीवाल चन्नी जी दे उत्ते तंज कस रिहा ਉਹਨੂੰ ਜੈਲਸੀ ਫੀਲ ਕਰ ਰਿਹਾ ਉਹ ਇਹ ਸਾਫ਼ ਦਿਸਦਾ ਪਿਆ ਨਹੀਂ ਤਾਂ ਉਹਨੂੰ ਚੰਨੀ ਜੀ ਦੇ ਉੱਤੇ ਗੱਲ ਕਰਨ ਨਾਲੋਂ ਆਪ ਜਿਹੜੇ ਕੰਮ ਕਰਨੇ ਆਪਣੇ ਕੰਮਾਂ 'ਤੇ ਫੋਕਸ ਕਰਨਾ ਚਾਹੀਦਾ ਸੋ ਕਿਤੇ ਨਾ ਕਿਤੇ ਉਹਨੂੰ ਇਹ ਲੱਗੀ ਜਾਂਦਾ ਕਿ ਚੰਨੀ ਜੀ ਦੀ ਪਾਪੂਲਰਿਟੀ ਡੇ ਬਾਈ ਡੇ ਵੱਧ ਰਹੀ ਆ ਔਰ ਜਿਹੜੀ ਗੱਲ ਇਹ ਕਰਦੇ ਸੀਗੇ ਸੁਪਨੇ ਦਿਖਾਉਂਦੇ ਸੀ ਲੋਕਾਂ ਨੂੰ ਆਮ ਆਦਮੀ ਵਾਲੇ ਚੰਨੀ ਜੀ ਨੇ ਅੱਜ ਹਰ ਬੰਦੇ ਦਾ ਜਿਹੜਾ ਅਕਸ ਹੈਗਾ ਉਹ ਚੰਨੀ ਜੀ ਦੇ ਵਿੱਚੋਂ ਦਿਸਦਾ ਇੱਕ ਆਮ ਛੋਟੇ ਵਰਗ ਦਾ ਜਿਹੜਾ ਬੰਦਾ ਹੈਗਾ ਉਹ ਵੀ ਫੀਲ ਕਰਦਾ ਕਿ ਚੰਨੀ ਜੀ ਮੇਰੇ ਆ ਤੇ ਚੰਨੀ ਜੀ ਉਹੀ ਕਰ ਰਹੇ ਆ ਜੋ ਉਹਨਾਂ ਨੇ ਬਚਪਨ ਤੋਂ ਲੈ ਕੇ ਇੱਕ ਸਧਾਰਨ ਪਰਿਵਾਰ ਦੇ ਵਿੱਚ ਰਹਿ ਕੇ ਆਪਣੇ ਜੁੱਸੇ 'ਤੇ ਆਪਣੇ ਜਿਸਮ 'ਤੇ ਆਪਣੇ ਮਨਸ 'ਤੇ ਮਨ ਦੇ ਉੱਤੇ ਹੰਢਾਇਆ ਉਹ ਚੀਜ਼ਾਂ ਉਹਨਾਂ ਨੂੰ ਲੋਕਾਂ ਦੀਆਂ ਤਕਲੀਫਾਂ ਲੋਕਾਂ ਦੇ ਦੁੱਖ ਲੋਕਾਂ ਦੀਆਂ ਮੁਸ਼ਕਲਾਂ ਉਹਨਾਂ ਨੂੰ ਪਤਾ ਇਸ ਕਰਕੇ ਉਹ ਉਸ ਲੈਵਲ ਤੱਕ ਆ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਔਰ ਉਹ ਫੈਸਲੇ ਲੈ ਰਹੇ ਜਿਹੜੇ ਆਮ ਲੋਕਾਂ ਦੇ ਵਾਸਤੇ ਆ ਉਹ ਕੋਈ ਅਡਾਨੀਆਂ ਨੂੰ ਕੋਈ ਰਿਲਾਇੰਸ ਵਾਲਿਆਂ ਨੂੰ ਜਾਂ ਦੂਜਿਆਂ ਤੀਜਿਆਂ ਨੂੰ ਫਾਇਦਾ ਪਹੁੰਚਾਉਣ ਵਾਲੀਆਂ ਗੱਲਾਂ ਨਹੀਂ ਕਰਦੇ ਅੱਜ ਲੁਧਿਆਣੇ 'ਚ ਚੰਨੀ ਜੀ ਆਏ ਆ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਅਸੀਂ ਜਿਹੜਾ ਕੇਬਲ ਮਾਫੀਆ ਉਹਨੂੰ ਵੀ ਖਤਮ ਕਰਾਂਗੇ ਜਾਂ ਤਾਂ 100 ਰੁਪਈਆ ਫੀਸ ਹੋਊਗੀ ਅਤੇ ਜਾਂ ਫਿਰ ਤਾਰਾਂ ਅਸੀਂ ਵੱਢਾਂਗੇ ਆਟੋ ਰਿਕਸ਼ਾ ਵਾਲਿਆਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਆ ਉਹਨਾਂ ਨੇ ਉਹਨਾਂ ਦੇ ਚਲਾਨ ਉਹਨਾਂ ਦੇ ਸਾਰੇ ਕੋਈ ਜੋ ਵੀ ਸੀਗਾ ਉਹ ਸਾਰੇ ਲਕੀਰ ਫੇਰ ਕੇ ਮਾਫ਼ ਕੀਤੀ ਆ ਇਹ ਆਮ ਲੋਕਾਂ ਦੀ ਪਰੇਸ਼ਾਨੀ ਆ ਕਰੋਨਾ ਦੇ ਵਿੱਚ ਲੋਕਾਂ ਨੇ ਆਪਣੇ ਜਿਸਮਾਂ ਦੇ ਉੱਤੇ ਆਪਣੇ ਮਾਨਸਿਕਤਾ ਦੇ ਉੱਤੇ ਇਹ ਦਰਦ ਹੰਢਾਏ ਆ ਨਵਦੀਪ ਸਿੰਘ ਜੀ ਮੀਡੀਆ ਮੋਗਾ